ਇਹ ਵੀਡੀਓ ਭੱਗਰ ਦੇ ਨਾਲ ਲੱਗਦੇ ਲਗਭਗ ਹਰੇਕ ਪਿੰਡ 'ਚ ਪਹੁੰਚਾਉਣ ਦੀ ਖੇਚਲਾ ਕਰਿਓ ਬਈ, ਜਿਹੜਾ ਬਾਈ ਸ਼ੇਅਰ ਕਰ ਸਕਦਾ ਸ਼ੇਅਰ ਕਰਿਓ, ਅਤੇ ਨਹੀਂ ਜੇ ਊਂ ਮੈਸੇਜ ਦੇ ਸਕਦੇ ਹਾਂ ਜ਼ਰੂਰ ਦਿਓ, ਕਿਉਂਕਿ ਹਾਈ ਅਲਰਟ 'ਤੇ ਹੈ ਸਿਸਟਮ, ਅਤੇ ਪਾਣੀ ਦੁਬਾਰਾ ਆ ਚੁੱਕੇਗਾ, ਬਾਕੀ ਵੀਡੀਓ ਦੇਖ ਲਓ। ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ 22 ਤਰੀਕ ਹੈ, ਸਮਾਂ ਤਕਰੀਬਨ 2:15 ਦੇ ਕਰੀਬ ਹੋ ਗਿਆ। ਅੱਜ ਫਿਰ ਦੁਬਾਰਾ ਤੋਂ ਨਾਲੀ ਦੇ ਲੈਵਲ ਵਾਸਤੇ ਵੀਡੀਓ ਬਣਾਉਣੀ ਪੈ ਗਈ, ਕਿਉਂਕਿ ਗੱਲ ਘਬਰਾਉਣ ਵਾਲੀ ਹੈਗੀ। ਅਤੇ ਪਹਿਲਾਂ ਮੈਂ ਦਿਨੇ ਵੀ ਸਵੇਰੇ ਵੀ ਇਸ ਚੀਜ਼ 'ਤੇ ਵੀਡੀਓ ਕਰ ਚੁੱਕਿਆ ਹੈਗਾ, ਅਤੇ ਪਰ ਉਸ ਟਾਈਮ ਮੈਨੂੰ ਵੀ ਹਜੇ ਰਿਸਕ ਜਿਹਾ ਸੀਗਾ, ਕਿਉਂਕਿ ਕਈ ਵਾਰ ਕੀ ਹੁੰਦਾ ਅਗਲਾ ਆਮ ਜਨ ਵੀ ਵੀਡੀਓ ਪਾਉਣ ਦਾ ਗਾ, ਅਤੇ ਆਪਾਂ ਨੂੰ ਅਲਰਟ ਰਹਿਣ ਦੀ ਲੋੜ ਹੁੰਦੀ ਹੈਗੀ। ਪਰ ਉਸ ਤੋਂ ਘਰ ਆਉਣ ਤੋਂ ਬਾਅਦ ਅਸੀਂ ਪੰਚਕੂਲੇ ਪਟਿਆਲੇ ਦੋਨਾਂ ਥਾਵਾਂ 'ਤੇ ਫੋਨ ਕਰਕੇ ਪੁੱਛਿਆ ਹੈਗਾ, ਅਤੇ ਜੋ ਘੱਗਰ ਵਿੱਚ ਪਾਣੀ ਆਉਣ ਦੀ ਖਬਰ ਹੈ ਉਹ ਬਿਲਕੁਲ ਸੱਚ ਹੈ ਜੀ, ਅਤੇ ਪਾਣੀ ਆ ਚੁੱਕਿਆ ਹੈਗਾ, ਪਾਣੀ ਹਾਈ ਲੈਵਲ 'ਤੇ ਆਏਗਾ, ਅਤੇ ਕੁੱਲ ਮਿਲਾ ਕੇ ਆਮ ਦੇਸੀ ਹਿਸਾਬਾਂ ਨਾਲ ਕਹੀਏ, ਜੇ ਕਿ ਉਸਕਦਾ ਤਾਂ ਪਤਾ ਨਹੀਂ ਜੀ ਕਿੰਨਾ ਕੁ ਛੱਡੇਗਾ, ਪਰ ਜੇ ਦੇਸੀ ਹਿਸਾਬ ਨਾਲ ਕਹੀਏ ਘੱਟੋ ਘੱਟ 2 ਜਾਂ 2.5 ਫੁੱਟ 3 ਫੁੱਟ ਦੇ ਤਕਰੀਬਨ ਪਾਣੀ ਇਹ ਆਊਗਾ, ਅਤੇ ਆਪਣੇ ਜਿਵੇਂ 2-3 ਕੁ ਫੁੱਟ ਉਤਰੇਗਾ ਪਾਣੀ, ਅਤੇ ਇੰਨਾ ਕੁ ਹੀ ਪਾਣੀ ਜਿੰਨਾ ਕੁ ਉਤਰਿਆ ਪਾਣੀ ਆਊਗਾ, ਅਤੇ ਹਜੇ ਵੱਧ ਵੀ ਸਕਦਾ ਹੈਗਾ, ਕਿਉਂਕਿ ਬਾਰਿਸ਼ਾਂ 2 ਦਿਨ ਹੋਏ ਨੇ ਪਏ ਨੂੰ। ਇਹ ਪਾਣੀ ਕੱਲ੍ਹ ਸ਼ਾਮ ਤੱਕ ਪੰਚਕੂਲੇ ਨਹੀਂ ਸੀਗਾ, ਕੱਲ੍ਹ ਸ਼ਾਮ ਤੱਕ ਪੰਚਕੂਲੇ ਕੁਛ ਵੀ ਨਹੀਂ ਸੀਗਾ, ਪੰਚਕੂਲਾ ਸਾਫ਼ ਸੀਗਾ, ਅਤੇ ਪਰ ਰਾਤ ਨੂੰ ਅਚਾਨਕ ਹੀ ਇੱਕੋ ਦਮ ਹੀ ਭਰਿਆ ਹੈਗਾ ਘੱਗਰ ਦਰਿਆ, ਅਤੇ ਸਵੇਰੇ 5 ਵਜੇ ਤੱਕ ਇਹ 'ਚ ਕਾਫ਼ੀ ਮਾਤਰਾ 'ਚ ਪਾਣੀ ਆ ਚੁੱਕਿਆ ਸੀ, ਜੋ ਹੁਣ ਵੱਧਦਾ ਹਾਈ ਆਪਦੇ ਖਤਰੇ ਦੇ ਨਿਸ਼ਾਨ ਤੋਂ ਟੱਪ ਚੁੱਕਾ ਹੈਗਾ ਪੰਚਕੂਲੇ ਵੀ, ਅਤੇ ਫੁੱਲ ਮਾਰਾਂ 'ਤੇ ਹੈ ਇਹ ਵੀ ਪਾਣੀ ਫੁੱਲ ਸਪੀਡ ਆਊਗਾ। ਸੋ ਆਉਣ ਵਾਲੇ ਘੱਗਰ ਦੇ ਰਸਤੇ ਵਿੱਚ ਪਿੰਡਾਂ ਨੂੰ ਘਬਰਾਉਣ ਦੀ ਲੋੜ ਹੈ ਫਿਲਹਾਲ, ਆਪਦੀ ਬੱਚਤ ਰੱਖਣ ਬਈ, ਅਤੇ ਜੋ ਬੰਨ ਨੱਕੇ ਬੰਨ ਰਹੇ ਨੇ ਉਹਨਾਂ ਦੀ ਦੇਖਭਾਲ ਰੱਖਣ, ਕਿਉਂਕਿ ਇੱਕ ਵਾਰ ਇਹ ਪਾਣੀ ਫਿਰ ਤੋਂ ਮਾਰ ਕਰੂਗਾ। ਜੋ ਝੋਨਾ ਲਾ ਰਹੇ ਨੇ ਉਹਨਾਂ ਵਾਸਤੇ ਵੀਡੀਓ ਮੈਂ ਪਹਿਲਾਂ ਵੀ ਬਣਾ ਚੁੱਕਿਆ, ਵੀ ਹਜੇ ਕਾਲ ਨਾ ਕਰੋ, ਘੱਟੋ ਘੱਟ ਹਫ਼ਤੇ ਦਾ ਵੇਟ ਕਰੋ, ਅਤੇ ਅੰਤ ਜਾ ਕੇ ਦੇਖ ਸਕਦੇ ਹੋਗੇ, ਆ ਇਸ ਸਾਈਡ ਲਿੰਕ ਵੀ ਪਿਆਗਾ, ਅਤੇ ਯੂਟਿਊਬ 'ਤੇ ਸਰਚ ਮਾਰ ਕੇ ਦੇਖ ਸਕਦੇ ਹੋ। ਅਤੇ ਆਪਦਾ ਬਾਈ ਜਿੰਨਾ ਹੋ ਸਕਦਾ ਥੋੜ੍ਹਾ ਜਿਹਾ ਬੱਚਤ ਦੇ ਹਿਸਾਬ ਨਾਲ ਚੱਲੋ, ਕਿਉਂਕਿ ਬਾਰਿਸ਼ਾਂ ਹਜੇ 2-3 ਦਿਨ ਹੋਰ ਰਹਿਣਗੀਆਂ, ਅਤੇ ਇਸ ਕਰਕੇ ਹਾਈ ਅਲਰਟ ਮੇਨ ਚਾਂਦਪੁਰੇ ਬੰਨ ਵਾਲਾ ਹੀ ਹੈਗਾ, ਕਿਉਂਕਿ ਮਿਲਟਰੀ ਬਣ ਰਹੀ ਹੈਗੀ, ਉੱਥੇ ਲੋੜ ਹੈਗੀ ਆਪਾਂ ਨੂੰ ਵੱਧ ਤੋਂ ਵੱਧ ਮਦਦ ਦੀ, ਕਿਉਂਕਿ ਇੱਕ ਵਾਰੀ ਤਾਂ ਪਾਣੀ ਕਿਵੇਂ ਹੀ ਹੈਗਾ ਝਟਕਾ ਮਾਰ ਸਕਦਾ ਹੈਗਾ, ਕਿਉਂਕਿ ਹਾਈ ਲੈਵਲ 'ਚ ਆਊਗਾ ਪਾਣੀ 1.5 ਫੁੱਟ ਦੇ ਤਕਰੀਬਨ, ਪਾਣੀ ਦੀ ਸਪੀਡ ਇਸ ਵਾਰ ਵੀ ਉਨੀ ਕੁ ਹੀ ਹੈ ਜਿੰਨਾ ਕੁ ਪਹਿਲਾਂ ਚੱਲ ਰਿਹਾ ਸੀਗਾ। ਅਤੇ ਅੱਗੇ ਤਾਂ ਚਲੋ ਜਿਵੇਂ ਚੱਲ ਰਹੀ ਹੈ ਨਾਲੀ ਚੱਲੇ ਰਹੀ ਹੈ ਘੱਗਰ, ਯਾਨੀ ਕਿ ਅਤੇ ਅੱਗੇ ਤਾਂ ਮੰਨ ਕੇ ਚਲੋ ਸਦੂਲਗੜ੍ਹ ਵੀ ਘੱਟ ਗਿਆ ਸੀਗਾ, ਅਤੇ ਸਰਸੇ ਵੀ ਸਾਹ ਲੈਣ ਲੱਗ ਗਈ ਸੀਗੀ, ਫਿਲਹਾਲ ਇੱਕ ਵਾਰੀ ਫਿਰ ਵਧੂਗਾ ਇਹ, ਕਿਉਂਕਿ ਸਰਸੇ ਤੱਕ ਤਾਂ ਬਹੁਤ ਟਾਈਮ ਲੱਗ ਜੂਗਾ ਉਹਨੂੰ ਜਾਣ 'ਤੇ, 2 ਜਾਂ 2.5 ਦਿਨ ਲੱਗ ਜਾਣਗੇ ਸਰਸੇ ਪਹੁੰਚਣ 'ਤੇ। ਅਤੇ ਪਰ ਮੇਨ ਗੱਲ ਬਾਰਿਸ਼ਾਂ 'ਤੇ ਹੀ ਹੈਗੀ, ਬਾਰਿਸ਼ਾਂ ਸਾਰੇ ਕਿਤੇ ਹੋ ਰਹੀਆਂ ਨੇ ਜੀ, ਫੁੱਲ ਮਾਤਰਾ 'ਚ ਮੀਂਹ ਪੈ ਰਿਹਾ ਹਜੇ ਵੀ ਪੰਚਕੂਲੇ। ਆਪਦੇ ਮਿੱਤਰ ਨੂੰ ਮੈਂ ਫੋਨ ਕੀਤਾ ਸੀ, ਉਹ ਕਹਿੰਦਾ ਕੱਲ੍ਹ ਦੀ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਵੀ ਬਾਰਿਸ਼ ਹੋਣ ਲੱਗ ਜਾਂਦੀ ਹੈ, ਕੋਈ 5-7 ਮਿੰਟ ਦਾ ਰੱਬ ਸਾਹ ਲੈਂਦਾ ਫਿਰ ਬਾਰਿਸ਼ ਸਟਾਰਟ ਹੋ ਜਾਂਦੀ ਹੈ, ਅਤੇ ਫੁੱਲ ਜ਼ਿਆਦਾ ਤੇਜ਼ ਮੀਂਹ ਆ ਰਿਹਾ ਹੈਗਾ ਉੱਥੇ। ਅੱਜ ਵੀ ਹੁਣ 2 ਵਜੇ ਤੱਕ ਵੀ ਉੱਥੇ ਬਾਰਿਸ਼ ਕਾਫ਼ੀ ਜ਼ਿਆਦਾ ਮਾਤਰਾ 'ਚ ਹੋ ਚੁੱਕੀ ਹੈਗੀ, ਅਤੇ ਹੋ ਸਕਦਾ ਉੱਥੇ ਪੰਚਕੂਲੇ ਕੱਲ੍ਹ ਤੱਕ ਦਾ ਹੋਰ ਅਲਰਟ ਹੈਗਾ ਵੀ ਕੱਲ੍ਹ ਦਾ ਦਿਨ ਵੀ ਹੋਰ ਬਾਰਿਸ਼ ਹੋ ਸਕਦੀ ਹੈਗੀ। ਇਹ ਅਚਾਨਕ ਹੋਏ ਮੌਸਮ ਦੇ ਬਦਲਾਵ ਕਰਕੇ ਹੋਇਆ, ਇਸ ਕਰਕੇ ਪਾਣੀ ਆਏਗਾ। ਅਤੇ ਵੀਰ ਭਾਈ ਆਪੋ ਆਪਦੀ ਬੱਚਤ ਰੱਖੋ, ਜਿਹੜੇ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਨੇ ਉਹ ਰੁਕ ਜਾਓ ਇੱਕ ਵਾਰ, ਕਾਲ ਨਾ ਕਰੋ, ਕਿਉਂਕਿ ਤੁਹਾਡੀ ਕਾਹਲੀ ਤੁਹਾਨੂੰ ਦੁਬਾਰਾ ਫਿਰ ਮਹਿੰਗੀ ਪੈ ਸਕਦੀ ਹੈਗੀ, ਆਲਰੇਡੀ ਖਰਚਾ ਬਹੁਤ ਜ਼ਿਆਦਾ ਹੋ ਚੁੱਕਿਆ। ਤੁਸੀਂ ਵੀਰ ਭਾਈ ਰੁਕ ਕੇ ਸਬਰ ਕਰਕੇ ਫਿਰ ਆਪਦਾ ਝੋਨਾ ਲਾਉਣਾ ਸਟਾਰਟ ਕਰੋ, ਕਿਉਂਕਿ ਹੁਣ ਤਾਂ ਪਨੀਰੀਆਂ ਮਿਲ ਰਹੀਆਂ ਨੇ, ਜੇ ਇੱਕ ਵਾਰੀ ਤੁਸੀਂ ਲਾਤੀ ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਹੀ ਦਿੱਕਤ ਹੋਊਗੀ, ਅਤੇ ਇਸ ਕਰਕੇ ਥੋੜ੍ਹਾ ਦਿਨ ਰੁਕ ਕੇ ਫਿਰ ਲਾਉਣ ਦੀ ਕੋਸ਼ਿਸ਼ ਕਰੋ। ਚਾਂਦਪੁਰੇ ਵੱਲ ਵੀ ਕਈ ਵੀਰ ਭਾਈਆਂ ਨੇ ਪਨੀਰ ਲਾਉਣੀ ਕੱਦੂ ਕਰਨੇ ਸਟਾਰਟ ਕਰਤੇ, ਅਤੇ ਹਫ਼ਤੇ ਕੁ ਦਾ ਵੇਟ ਤਾਂ ਸਾਰੇ ਕਰਨ ਬਈ, ਹਫ਼ਤੇ ਕੁ ਦਾ ਵੇਟ ਕਰਕੇ ਫਿਰ ਉਸ ਤੋਂ ਬਾਅਦ ਲਾਉਣੀ ਸਟਾਰਟ ਕਰੋ। ਅਤੇ ਜੇ ਕਿਸੇ ਦਾ ਬਾਈ ਜਮੀ ਨਹੀਂ ਸਰ ਰਿਹਾ ਤਾਂ ਜਾਂ ਜ਼ਿਆਦਾ ਉੱਚਾ ਵਾਹਣ ਹੈ ਉਹ ਬੇਸ਼ੱਕ ਲਾ ਸਕਦਾ, ਪਰ ਫਿਰ ਵੀ ਆਪਦੀ ਤਕੜਾਈ ਕਰਨ ਦੀ ਕੋਸ਼ਿਸ਼ ਕਰੋ, ਆਪਦਾ ਸਾਈਡਾਂ ਦਾ ਜਿੰਨਾ ਕੁ ਕਰ ਸਕਦੇ ਹੋ। ਬਾਕੀ ਤਾਂ ਪਾਣੀ ਨੇ ਦਿਖਾਤਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਨ ਹੋਵੇ ਤਾਂ ਇਹਦੇ ਮੂਹਰੇ ਖੜਦਾ ਤਾਂ ਹੈ ਨਹੀਂ ਗਾ, ਚਾਹੇ ਉਹ ਪੱਕਾ ਹੋਵੇ ਕੱਚਾ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ, ਪਾਣੀ ਨੇ ਆਪਦਾ ਰੁਦਰ ਰੂਪ ਦਿਖਾਇਆ ਹੈਗਾ ਇਸ ਵਾਰ, ਤਾਂ ਉਹਨੇ ਬਖਸ਼ਿਆ ਤਾਂ ਕਿਸੇ ਨੂੰ ਵੀ ਨਹੀਂ ਹੈਗਾ, ਪਰ ਫਿਰ ਵੀ ਆਪਾਂ ਜਿੰਨੀ ਕੁ ਬੱਚਤ ਕਰ ਸਕਦੇ ਹਾਂ ਆਪਦੀ ਕਰਨ ਦੀ ਕੋਸ਼ਿਸ਼ ਕਰੀਏ। ਵੀਡੀਓ ਆਲਰੇਡੀ ਪਹਿਲਾਂ ਵੀ ਮੈਂ ਲਾਇਆ ਨੇ, 1-2 ਵੀਡੀਓ ਹੋਰ ਵੀ ਤੁਹਾਨੂੰ ਨਾਲ ਲਾ ਕੇ ਦਿਖਾਉਣ ਨੇ, ਇਹ ਅੱਡੋ ਅੱਡ ਸੈਕਟਰਾਂ 'ਚੋਂ ਆਈਆਂ ਨੇਗੀਆਂ। ਪਹਿਲਾਂ ਮੇਰੇ ਕੋਲ ਕਿਸੇ ਬਾਈ ਦਾ ਫੇਸਬੁੱਕ 'ਤੇ ਆਪਣੇ ਰਿਸ਼ਤੇਦਾਰ ਦਾ ਮੈਸੇਜ ਵੀ ਆਇਆ ਸੀ ਵੀ ਇਹ ਫੇਕ, ਪਰ ਉਹ ਫੇਕ ਨਹੀਂ ਹੈਗੀਆਂ ਬਈ, ਉਹ ਰੀਅਲ ਹੀ ਨੇ, ਸੱਚਿਓ ਹੀ ਪਾਣੀ ਵੱਧ ਚੁੱਕਿਆ ਅਤੇ ਆਪਦਾ ਪੂਰਾ ਐਨ ਵਿਸ਼ਾਲ ਰੂਪ ਲੈ ਚੁੱਕਿਆਗਾ, ਉਹ ਵੀਡੀਓ ਕੋਈ ਫੇਕ ਨਹੀਂ ਹੈਗੀਆਂ, ਉਹ ਵੀਡੀਓ ਸਹੀ ਨੇਗੀਆਂ, ਅਤੇ ਉਹਨਾਂ ਉਹਨਾਂ ਸੈਕਟਰਾਂ ਵਿੱਚ ਦੀ ਹੀ ਟੱਪ ਕੇ ਘੱਗਰ ਦਰਿਆ ਆਪਾਂ ਨੂੰ ਆਉਂਦਾ ਹੈਗਾ।
ਘੱਗਰ ਦੇ ਨਾਲ ਬਾਕੀ ਜਿਹੜੀ ਦੂਸਰੀ ਨਦੀ ਹੈਗੀ ਉਹਦਾ ਵੀ ਪਾਣੀ ਉਹਦੇ ਵਿੱਚ ਕਾਫੀ ਡਿੱਗ ਰਿਹਾ ਹੈਗਾ, ਕਿਉਂਕਿ ਉਸ 'ਚ ਵੀ ਪਾਣੀ ਕਾਫੀ ਮਾਤਰਾ 'ਚ ਆਇਆ ਹੈਗਾ। ਅਤੇ ਇਸ ਕਰਕੇ ਭਾਈ ਆਪ ਫੌਜ ਦੀ ਸਾਂਭ ਸੰਭਾਲ ਰੱਖੋ ਅਤੇ ਜਿੰਨਾ ਹੋ ਸਕੇ ਹਜੇ ਹੋਰ ਬੱਚਤ ਰੱਖੋ, ਕਿਉਂਕਿ ਸਬਰ ਦੀ ਲੋੜ ਹੈ ਫਿਲਹਾਲ। ਅਤੇ ਰੱਬ ਇਸ ਵਾਰ ਸ਼ਾਇਦ ਬਖਸ਼ਣ ਵਾਲਿਆਂ 'ਚ ਨਹੀਂ ਹੈਗਾ। ਅਤੇ ਜੋ ਵੀਰ ਭਾਈ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਨੇ ਉਹ ਇੱਕ ਵਾਰ ਰੁਕ ਜਾਓ, ਜਾਂ ਜੋ ਵੀਰ ਭਾਈ ਸਮਾਨ ਕਈ ਪਿੰਡ ਖਾਲੀ ਹੋ ਗਏ ਦੁਬਾਰੇ ਸਮਾਨ ਲਿਆਉਣ ਨੂੰ ਫਿਰਦੇ ਨੇ ਤਾਂ ਉਹ ਵੀ ਆਪਦਾ ਸਮਾਨ ਬਈ ਰੁਕ ਕੇ ਲਿਆਉਣ। ਅਤੇ ਕਿਉਂਕਿ ਘਟਨਾ ਪਾਣੀ ਬਹੁਤ ਜ਼ਿਆਦਾ ਮਾਤਰਾ 'ਚ ਹੈ। ਕੱਲ੍ਹ ਤੱਕ ਆਪਾਂ ਨੂੰ ਇਹ ਸੀਗਾ ਵੀ ਹਾਂ ਵੀ ਕੋਈ ਦਿੱਕਤ ਨਹੀਂ ਹੈਗੀ, 4-4.5 ਫੁੱਟ ਚੰਦਪੁਰੇ ਘੱਟ ਗਿਆ ਸੀਗਾ ਅਤੇ 2 ਫੁੱਟ ਤਕਰੀਬਨ ਰਤੀਏ ਵੀ ਘੱਟ ਗਿਆ ਸੀਗਾ ਅਤੇ ਸਰਸੇ ਵੀ ਸਾਂ ਲੈ ਚੁੱਕੀ ਸੀ ਅਤੇ ਸਦੂਲਗੜ੍ਹ ਵੀ ਸਾਂ ਲੈ ਚੁੱਕੀ ਸੀ। ਇੱਕ ਵਾਰ ਤਾਂ ਪਾਣੀ ਆਪਦਾ ਝਟਕਾ ਤਾਂ ਮਾਰੂਗਾ, ਇਸ ਕਰਕੇ ਆਪਦੀ ਬੱਚਤ ਰੱਖੋ ਬਈ। ਅਤੇ ਖਤਰਾ ਹਜੇ ਹੈਗਾ, ਹਜੇ ਕੁਛ ਨਹੀਂ ਮੁੜਿਆ ਹੈਗਾ, ਆਪੋ ਆਪਦੀ ਦੇਖਭਾਲ ਰੱਖੋ। ਅਤੇ ਜੋ ਵੀਰ ਭਾਈ ਫਿਕਰਮੰਦ ਹੋ ਕੇ ਰਹਿ ਗਏ ਨੇ, ਰੁਕ ਗਏ ਨੇ, ਤਾਂ ਉਹਨਾਂ ਨੂੰ ਦੁਬਾਰੇ ਤਿਆਰ ਹੋਣ ਦੀ ਲੋੜ ਹੈਗੀ। ਆਪਦੀ ਤਿਆਰੀ ਰੱਖੋ, ਕੁਛ ਵੀ ਹੋ ਸਕਦਾ, ਪਾਣੀ ਕਿੰਨੀ ਵੀ ਮਾਰ ਕਰ ਸਕਦਾ, ਪਾਣੀ ਫੁੱਟ ਜਾਂ 1.5 ਫੁੱਟ 2 ਫੁੱਟ ਤਕਰੀਬਨ ਹੋਰ ਆਊਗਾ। ਅਤੇ ਟੱਪੂ ਉਹੀ ਗੱਲ ਘੱਗਰ ਦੇ ਵਿੱਚ ਦੀ ਹੀ, ਸਾਡਾਂ ਵਾਲੇ ਖੇਤਾਂ ਵਾਸਤੇ ਇੱਕ ਵਾਰ ਫਿਰ ਖਤਰਾ ਹੈਗਾ। ਆਪਦੀ ਬੱਚਤ ਰੱਖੋ ਬਾਈ, ਧੰਨਵਾਦ।